ਮੰਗਲਵਾਰ ਆਏ ਸੀ ਤੁਸੀਂ ਇਹਨਾਂ ਨੂੰ ਧੀਆਂ ਭੈਣਾਂ ਦੀ ਗਾਲਾਂ ਕੱਢੀਆਂ ਕੀ ਹੈ ਤੁਹਾਡੀ ਵਰਦੀ ਨੂੰ ਇਹ ਗੱਲ ਸ਼ੋਭਦੀ ਹੈ ਬਹੁਤ ਜ਼ਿਆਦਾ ਪੈਸੇ ਨਾਲ ਟਿੱਬੇ ਠੱਗੀ ਮਾਰੀ ਆ ਉਹਦੇ ਖਿਲਾਫ਼ ਕਾਰਵਾਈ ਕਰੋ। ਮੇਰੀ ਦੋ ਮਿੰਟ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ। ਇਹਨਾਂ ਨੇ ਤੁਹਾਨੂੰ ਇਹ ਗੱਲ ਕਹੀ ਕਿ ਮੈਂ ਆਪਣੇ ਬੇਟੇ ਨੂੰ ਦੇਖ ਬੇਦਖਲ ਕੀਤੀ, ਤੁਹਾਨੂੰ ਇਸ਼ਤਿਹਾਰ ਦਿੱਤਾ, 3 ਸਾਲ ਹੋ ਗਏ ਇਸ਼ਤਿਹਾਰ ਦਿੱਤੇ ਨੂੰ ਅੱਜ ਦੀ ਗੱਲ ਨੂੰ। ਬੇਟੇ ਦਾ ਜੋ ਨੁਕਸਾ ਠੋਕ ਕੇ ਕਾਰਵਾਈ ਕਰੋ, ਉਹਦੇ 'ਤੇ ਫੜ ਕੇ ਅੰਦਰ ਦੇ ਦਿਓ। ਇਹ ਸਿਆਣੇ ਪਿਆਣੇ ਬੰਦੇ ਆ, ਤੁਹਾਡੇ ਬਜ਼ੁਰਗਾਂ ਦੀ ਉਮਰ ਦੇ ਆ, ਤੁਸੀਂ ਇਹਨਾਂ ਨੂੰ ਮਾੜੇ ਸ਼ਬਦ ਕਿਉਂ ਬੋਲਦੇ ਜੀ? ਗਾਲਾਂ ਕਿਉਂ ਕੱਢਦੇ ਧੀਆਂ ਭੈਣਾਂ ਦੀ? ਅਗਲਾ ਕਿੰਨਾ ਮਹਿਸੂਸ ਕਰੀ ਬੈਠਿਆ ਜੀ? ਇਹ ਕੀ ਤੁਹਾਨੂੰ ਵਰਦੀ ਨੂੰ, ਤੁਹਾਨੂੰ ਕੋਈ ਬੰਦਾ ਆਵੇ ਤੁਹਾਡੀ ਵਰਦੀ ਨੂੰ ਇਹ ਗੱਲ ਸੋਭਦੀ ਹੈ ਜੀ? ਤੁਸੀਂ ਉਹਦੇ ਨਾਲ ਮਾੜੇ ਤਰੀਕੇ ਨਾਲ ਬੋਲੋ। ਅੱਜ ਮੈਂ ਇੱਥੇ ਆਇਆ ਜੀ ਮਹਿਤੇ, ਇੱਕ ਬੰਦੇ ਨੇ ਇਹ ਨਹੀਂ ਕਿਹਾ ਕਿ ਤੁਹਾਡੀ ਡੀਲਿੰਗ ਸਹੀ ਹੈ। ਤੁਸੀਂ ਤਾਂ ਹਰੇਕ ਨੂੰ ਮਾੜੇ ਤਰੀਕੇ ਨਾਲ ਬੋਲ ਰਹੇ, ਤੁਸੀਂ ਕੀ ਰੱਬ ਬਣ ਗਏ ਕੁਰਸੀ? ਕਾਇੰਡਲੀ ਰਿਸਪੈਕਟਫੁਲੀ, ਕੋਈ ਬੰਦਾ ਗਲਤ ਹੈ ਤੁਸੀਂ ਉਹਦੇ ਖਿਲਾਫ਼ ਕਾਰਵਾਈ ਕਰੋ, ਮਗਰ ਤੁਸੀਂ ਜਿਹੜੇ ਬੰਦੇ ਕੋਈ ਮਦਦ ਤੇ ਆ ਰਹੇ, ਮੈਂਬਰ ਪੰਚਾਇਤ ਹੈ, ਸੁਣੇ ਹੋਏ ਨੁਮਾਇੰਦੇ ਆਪਦੇ ਪਿੰਡ ਦੇ, ਜੇ ਤੁਹਾਡੇ ਕੋਲ ਆਏ ਰਿਸਪੈਕਟਫੁਲੀ ਤਾਂ ਬੋਲੋ ਜੀ ਤੁਸੀਂ ਉਹਨਾਂ ਨਾਲ। ਸਾਬਕਾ ਸਰਪੰਚ ਪ੍ਰਤਾਪ ਸਿੰਘ ਉਹਨੇ 3 ਵਾਰਾਂ ਇਹਨਾਂ ਨੂੰ ਫੜਿਆ ਵਾ ਕਿ ਗਾਲ ਨਾ ਕੱਢੋ, ਜੇ ਮੈਂ ਸਵੇਰੇ ਮੈਂ ਪੇਸ਼ ਕਰਦਾ ਇਹਨਾਂ ਨੂੰ ਜੇਲ੍ਹ ਤੋਂ ਇੱਦਾਂ ਕੋਈ ਨਾ। ਮੈਨੂੰ 8:30 ਵਜੇ ਤੱਕ ਇਹਨਾਂ ਨੇ ਰੱਖਿਆ, ਫਿਰ ਉਹਨੇ 3 ਸਰਪੰਚ ਨੇ ਇਹਨਾਂ ਨੂੰ ਫੋਨ ਕੀਤਾ, ਫਿਰ ਇਹਨੂੰ ਛੱਡਿਆ, ਉਹ ਵੀ ਉਹਨਾਂ ਦੀ ਜ਼ਿੰਮੇਵਾਰੀ ਪਵਾ ਗਏ ਪ੍ਰਤਾਪ ਸਿੰਘ ਨੂੰ। ਮੈਨੂੰ ਮੁਨਸ਼ੀ ਵਾਲੇ ਦਫ਼ਤਰ ਦੇ ਵਿੱਚ ਘੱਟ ਤੋਂ ਘੱਟ 6 ਤੋਂ 8 ਤੱਕ 2 ਕਿ 3 ਗਾਲ ਅੱਛਾ ਬੰਦੇ ਹੀ ਗਾਲਾਂ ਕੱਢੀਆਂ ਜੀ ਬੰਦੇ ਸਾਰੇ ਹੁਣ 14-15 ਬੰਦੇ ਆ ਜੀ ਉਹਦੇ ਵਿੱਚ, ਤੁਹਾਨੂੰ ਗਾਲਾਂ ਕੱਢੀਆਂ ਉਹਨਾਂ ਦੇ ਵਿੱਚ ਗਾਲਾਂ ਕੱਢੀਆਂ, ਪਿੰਡ ਦੀ ਪੰਚਾਇਤ ਦੇ ਮੈਂਬਰ ਮੈਂ ਹੀ ਹਾਂ। ਸਾਹ ਰਣਜੀਤ, ਇਹਨਾਂ ਸਾਹ ਰਣਜੀਤ ਸਿੰਘ ਦੇ ਖਿਲਾਫ਼ ਕੋਈ ਦਰਖਾਸਤ ਹੈ ਜੀ? ਨਹੀਂ, ਇਹਨਾਂ ਦੇ ਖਿਲਾਫ਼ ਨਹੀਂ ਸਰ, ਗੱਲ ਇੱਦਾਂ ਵੀ ਇਹਦਾ ਬੇਟਾ ਵਾ ਨਾ ਜੀ, ਉਹ ਜਿਹੜਾ ਚੰਡੀਗੜ੍ਹ ਰਹਿੰਦਾ, ਮੈਂ ਉਹਨੂੰ ਕਿਹਾ ਮੈਂ ਉਹਦਾ ਐਡਰੈਸ ਤੇ ਦੇ ਦੇ ਯਾਰ। ਤੁਸੀਂ ਇੱਕ ਤਰ੍ਹਾਂ ਜੀ, ਬੇਟੇ ਨੇ ਕੋਈ ਕੰਮ ਕੀਤਾ ਤੁਸੀਂ ਕਾਰਵਾਈ ਕਰੋ, ਇਹ ਮਦਦ ਹੀ ਨਹੀਂ ਕਰ ਰਿਹਾ ਜੀ ਬੇਟੇ ਦੀ, ਇਹ ਕਹਿ ਰਿਹਾ ਕਾਰਵਾਈ ਕਰੋ। ਅਗਲੇ ਨੂੰ ਤਾਂ ਇਹ ਹੈ ਕਿ ਮੈਂ 50-55-60 ਸਾਲ ਦੀ ਉਮਰ ਹੈ, ਤੁਸੀਂ ਉਹਨਾਂ ਨੂੰ ਧੀ ਭੈਣ ਦੀਆਂ ਗਾਲਾਂ ਕੱਢੋ, ਕਿਵੇਂ ਬਰਦਾਸ਼ਤ ਕਰੂ ਬੰਦਾ? ਪਿੰਡ ਦਾ ਬੰਦਾ ਹਾਈਕੋਰਟ ਕਿਉਂ ਜਾਊ? ਅਗਲਾ ਕਹਿੰਦਾ ਜੀ ਮੇਰੀ ਦੱਸੋ, ਮੈਨੂੰ ਧੀ ਭੈਣ ਦੀਆਂ ਗਾਲਾਂ ਕੱਢੀਆਂ, ਮੈਂ ਕਿਸੇ ਦੀ ਮਦਦ ਤੇ ਆਇਆ, ਤੁਸੀਂ ਮੇਰੇ ਬੱਚੇ ਦਾ ਨੁਕਸਾ ਕੱਢੋ ਤੇ ਕਾਰਵਾਈ ਕਰੋ। ਦੇਖੋ ਜੀ, ਦੇਖੋ ਜੀ, ਇਹ ਸਿਰਫ ਪੁਲਿਸ ਦੇ ਪ੍ਰੈਸ਼ਰ ਬਣਾਉਂਦੇ ਆ ਵੀ ਇਹ ਸਾਨੂੰ ਪੈਸੇ ਨਾ ਦੇਣੇ ਪੈਣ। ਆਇਆ ਕੌਣ ਬਣਾਉਂਦਾ ਇਹਨਾਂ ਦਾ ਲੈਣਾ ਦੇਣਾ ਜੀ ਕੋਈ? ਨਹੀਂ ਨਹੀਂ, ਇਹਨਾਂ ਦੇ ਬੇਟਿਆਂ ਦਾ ਹੈਗਾ। ਤੁਸੀਂ ਇਹਨਾਂ ਦਾ ਸਾਥ ਮੈਂ ਇਹਦਾ ਖਿਲਾਫ਼ ਉਹ ਕਰ ਕੀ ਸਰਦਾਰ ਸਾਹਿਬ ਦੇ ਖਿਲਾਫ਼ ਕੋਈ ਸ਼ਿਕਾਇਤ ਹੈ? ਮੈਂ ਕਿਹਾ ਜੀ ਇਹਨਾਂ ਦੇ ਖਿਲਾਫ਼ ਮੈਂ ਕਾਰਵਾਈ ਕੋਈ ਕਰਨੀ ਵੀ ਨਹੀਂ। ਫਿਰ ਤੁਸੀਂ ਇਹਨਾਂ ਨੂੰ ਮਾੜਾ ਕਿਉਂ ਬੋਲਦੇ? ਮੈਂ ਦੇਖ ਦੇਣਾ ਆਪਣੇ ਮੁੰਡੇ ਐਡਰੈਸ ਦੇ ਦੇ, ਬਸ ਇਹੀ ਪੁੱਛਿਆ ਇਹਨੂੰ। ਸਰਦਾਰ ਸਾਹਿਬ ਤੁਸੀਂ ਇਸ ਕੁਰਸੀ 'ਤੇ ਬੈਠੇ ਹਾਂ, ਹਾਂਜੀ, ਉਸ ਕੁਰਸੀ ਦੀ ਇੱਕ ਰਿਸਪੈਕਟ ਹੈ,
ਇੱਕ ਉਹਦੀ ਗਰੀਮਾ ਉਸ ਗੱਲ ਨੂੰ ਸਮਝੋ, ਥਾਣੇਦਾਰ ਬਣ ਕੇ ਹੋ ਤੇ ਲੋਕਾਂ ਦੇ ਨਾਲ ਇਨਸਾਫ਼ ਕਰੋ, ਜਿਹੜਾ ਗਲਤ ਹੈ ਉਹ ਤੇ ਕਾਰਵਾਈ ਕਰੋ, ਮੈਂ ਕਹਿੰਦਾ ਕਾਰਵਾਈ ਕਰੋ, ਅਸੀਂ ਤੁਹਾਡੇ ਨਾਲ ਹਾਂ, ਮਗਰ ਤੁਸੀਂ ਕਿਸੇ ਨੂੰ ਮਾੜਾ ਨਹੀਂ ਬੋਲ ਸਕਦੇ, ਨਹੀਂ ਬੋਲ, ਇਹ ਕੋਈ ਹੱਕ ਨਹੀਂ ਤੁਹਾਡੇ ਕੋਲ, ਬਿਲਕੁਲ, ਜੇ ਤੁਸੀਂ ਬੋਲੋਗੇ ਤੇ ਸਾਹਮਣੇ ਧਰਨਾ ਵੱਜੂ ਫਿਰ, ਨਹੀਂ ਨਹੀਂ ਬਿਲਕੁਲ, ਮੈਂ ਕਿਸੇ ਬੰਦੇ ਨੂੰ ਵੀ ਜੋ ਗਲਤ ਹੈ ਉਹਦੇ ਤੇ ਜੋ ਸਖ਼ਤ ਤੋਂ ਸਖ਼ਤ ਕਾਰਵਾਈ ਕਰੋ, ਅਸੀਂ ਉਹਦੀ ਮਦਦ ਤੇ ਬਿਲਕੁਲ ਨਹੀਂ, ਮਗਰ ਤੁਸੀਂ ਸਿਆਣੇ ਪਿਆਣੇ ਬੰਦਿਆਂ ਨੂੰ, ਬਜ਼ੁਰਗਾਂ ਨੂੰ, ਜੇ ਤੁਸੀਂ ਧੀ ਭੈਣ ਦੀਆਂ ਗਾਲਾਂ ਕੱਢੋਗੇ ਕੋਈ ਨਹੀਂ, ਪੰਜਾਬੀ ਸੁਣ ਕੇ ਬਰਦਾਸ਼ਤ ਕਰਕੇ ਇਸ ਗੱਲ ਨੂੰ ਰੱਖ, ਤੁਸੀਂ ਸੱਚ ਜੇ ਝੂਠ ਦਾ ਨਿਪਟਾਰਾ ਕਰਨਾ, ਤੁਸੀਂ ਕਿਸੇ ਕਾਂਗਰਸੀ ਅਕਾਲੀ ਦਾ ਨਿਪਟਾਰਾ ਨਹੀਂ ਇੱਥੇ, ਕਾਈਂਡਲੀ ਰਿਸਪੈਕਟਫੁਲੀ ਡੀਲ ਕਰੋ, ਗਲਤ ਬੰਦੇ ਦੀ ਕੋਈ ਮਦਦ ਨਹੀਂ ਕਰਦਾ, ਠੋਕ ਕੇ ਕਾਰਵਾਈ ਕਰੋ, ਜੇ ਕੋਈ ਤੁਹਾਡੇ ਥਾਣੇ ਆਉਂਦਾ, ਜੇ ਕਿਸੇ ਦਾ ਮਾਪੇ ਆਉਂਦੇ ਤਾਂ ਮਾਪਿਆਂ ਨੂੰ ਤੁਸੀਂ ਮਾੜਾ ਨਹੀਂ ਬੋਲ ਸਕਦੇ, ਬਿਲਕੁਲ, ਔਰ ਜੇ ਆਪ ਅਗਲਾ ਕਹਿ ਰਿਹਾ ਮੈਂ ਬੇਦਖਲ ਕੀ, ਤੁਸੀਂ ਆਪ ਦੀ ਇਸ ਵਰਦੀ ਦੀ ਸ਼ਾਨ ਵਧਾਓ ਘਟਾਓ ਨਾ, ਅਸੀਂ ਵੀ ਤੁਹਾਡੀ ਰਿਸਪੈਕਟ ਕਰਦੇ, ਠੀਕ ਹੈ, ਠੀਕ ਹੈ।